ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਪਿਆਰ ਤੇ ਇੱਕ ਵਾਰੀ ਸਤਿ ਸ੍ਰੀ ਅਕਾਲ ਤੇ ਅੱਜ ਦੇ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਜੀ ਆਇਆਂ ਨੂੰ। ਉਮੀਦ ਹੈ ਕਿ ਸਵੇਰ ਤੋਂ ਤੁਸੀਂ ਟੀ ਵੀ 'ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਲਿਆ ਹੋਵੇਗਾ। ਇੱਕ ਵਾਰੀ ਫਿਰ ਸਿਹਤ ਸੰਭਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸਿਹਤ ਸੰਭਾਲ ਦੇ ਵਿੱਚ ਆਪਾਂ ਸਿਹਤ ਨਾਲ ਸੰਬੰਧਿਤ ਵੱਖ ਵੱਖ ਅਲਾਮਤਾਂ ਬਾਰੇ ਗੱਲਬਾਤ ਕਰਦੇ ਹਾਂ ਔਰ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਸਾਨੂੰ ਸਹਿਯੋਗ ਹੋਮਿਓ ਕਲੀਨਿਕ ਦਾ ਸਹਿਯੋਗ ਹਾਸਲ ਹੈ। ਸਹਿਯੋਗ ਹੋਮਿਓ ਕਲੀਨਿਕ ਜਿਹੜਾ ਕਿ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਿੱਚ ਸਥਿਤ ਹੈ। 145 ਕਲੀਨਿਕ ਸਟਰੀਟ ਕੈਨੇਡੀ ਅਤੇ ਕਲੀਨਿਕਸ ਦੇ ਬਿਲਕੁਲ ਲਾਗੇ ਯੂਨਿਟ ਨੰਬਰ 26 ਦੇ ਵਿੱਚ ਸਥਿਤ ਹੈ। ਸਬਵਾਕਿਨ ਕਲੀਨਿਕ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ, ਤੁਸੀਂ ਹਫ਼ਤੇ ਦੇ 7 ਦਿਨ, ਮਹੀਨੇ ਦੇ 30-31 ਦਿਨ ਅਤੇ ਸਾਲ ਦੇ 365 ਦਿਨ ਹੀ ਜਾ ਸਕਦੇ ਹੋ। ਇੱਥੇ ਨਹੀਂ ਪਹੁੰਚ ਸਕਦੇ ਤਾਂ ਫੋਨ ਕਰ ਲਿਓ, ਘਰ ਬੈਠੇ ਬਿਠਾਏ ਦਵਾਈ ਘਰ ਮੰਗਵਾ ਸਕਦੇ ਹੋ। ਕੁਝ ਕੁ ਹਾਲਤਾਂ ਦੇ ਵਿੱਚ ਤੁਹਾਡੇ ਘਰ ਵਿਜ਼ਿਟ ਵੀ ਕੀਤਾ ਜਾ ਸਕਦਾ ਹੈ। ਇਸ ਸਾਰੇ ਕਾਸੇ ਦੀ ਜਾਣਕਾਰੀ ਲਈ 647-856-2516 ਸਹਿਯੋਗ ਹੋਮਿਓ ਕਲੀਨਿਕ ਦਾ ਫੋਨ ਨੰਬਰ ਹੈ। ਹਰ ਵਾਰ ਦੀ ਤਰ੍ਹਾਂ ਆਪਣੇ ਨਾਲ ਹੋਮਿਓਪੈਥ ਮਾਹਰ ਪਰਮਿੰਦਰ ਕੌਰ ਜੀ ਹਾਜ਼ਰ ਨੇ। ਪਰਮਿੰਦਰ ਜੀ ਆਇਆਂ ਨੂੰ ਸਵਾਗਤ ਹੈ। ਥੈਂਕ ਯੂ ਸੋ ਮਚ ਸਿੱਧੂ ਜੀ, ਤੁਹਾਨੂੰ ਅਤੇ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਵਿਸ਼ੇ 'ਤੇ ਅਸੀਂ ਗੱਲਬਾਤ ਕਰਨੀ ਹੈ, ਉਹ ਹੈਗਾ ਜੀ ਅਨੀਮੀਆ। ਅਨੀਮੀਆ ਕੀ ਹੁੰਦਾ, ਕਿੰਨੇ ਪ੍ਰਕਾਰ ਦਾ ਹੁੰਦਾ ਅਤੇ ਸਾਡੀ ਬੋਡੀ ਦੇ ਵਿੱਚ ਜੇ ਅਸੀਂ ਐਨਓਬਿਕ ਹਾਂ ਤਾਂ ਕਿਹੜੇ ਕਿਹੜੇ ਲੱਛਣ ਹੋ ਸਕਦੇ ਨੇ, ਕਿਹੜੇ ਕਿਹੜੇ ਉਹਦੇ ਨੁਕਸਾਨ ਹੋ ਸਕਦੇ ਨੇ ਅਤੇ ਇਸ ਕੀ ਇਹ ਬਿਮਾਰੀ ਆ, ਜੇ ਬਿਮਾਰੀ ਆ ਤਾਂ ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ, ਇਸ ਸਾਰੇ ਕਾਸੇ ਬਾਰੇ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਜਾਣੀ ਹੈ। ਇਸ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਉੱਠਦਾ ਤਾਂ ਤੁਸੀਂ 647-856-2516 'ਤੇ ਪਰਮਿੰਦਰ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ। ਪਰਮਿੰਦਰ ਜੀ, ਅਨੀਮੀਆ ਪਹਿਲੀ ਗੱਲ ਤਾਂ ਹੁੰਦਾ ਕੀ ਆ? ਬਿਲਕੁਲ, ਪਹਿਲਾਂ ਇਸ ਸਵਾਲ ਦਾ ਮੈਂ ਜਵਾਬ ਦੇਵਾਂ, ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹਾਂਗੀ ਜੀ। ਅਨੀਮੀਆ ਕੀ ਹੁੰਦਾ ਹੈ? ਆਮ ਤੌਰ ਦੇ ਉੱਪਰ ਸਿੱਧਾ ਸਾਦਾ ਦਿਮਾਗ ਦੇ ਵਿੱਚ ਵੀ ਖੂਨ ਦੀ ਕਮੀ, ਜਦੋਂ ਸਰੀਰ ਦੇ ਵਿੱਚ ਖੂਨ ਦੀ ਕਮੀ ਹੋ ਜਾਵੇ ਤਾਂ ਆਪਾਂ ਉਹਨੂੰ ਅਨੀਮੀਆ ਕਹਿੰਦੇ ਹਾਂ। ਬਿਲਕੁਲ ਜੀ, ਸੋ ਦਿਸ ਇਜ਼ ਅ ਕਾਮਨ ਆਨਸਰ ਜੀ, ਔਰ ਇਹ ਕਾਮਨ ਜਿਹੜਾ ਆਨਸਰ ਤੁਸੀਂ ਦਿੱਤਾ ਇਜ਼ ਅ ਮਿਥਿਕਲ ਆਨਸਰ ਜੀ। ਸੋ ਵਿਚ ਮੀਨਸ ਇਹ ਸਹੀ ਜਵਾਬ ਨਹੀਂ ਹੈ। ਸਾਡੇ ਦਿਮਾਗ 'ਚ ਇਹ ਆਉਂਦਾ ਹੈ ਕਿ ਜਦੋਂ ਸਾਡੇ ਅੰਦਰ ਅਨੀਮੀਆ ਹੋ ਗਿਆ ਤਾਂ ਮੇਰੇ ਅੰਦਰ ਖੂਨ ਦੀ ਕਮੀ ਹੋ ਗਈ ਜੀ। ਹੁਣ ਪਹਿਲਾਂ ਸਮਝੀਏ ਕਿ ਖੂਨ ਹੀ ਕੀ ਚੀਜ਼ ਹੈ। ਬਲੱਡ ਸਾਡੇ ਸਰੀਰ ਦਾ ਉਹ ਫਲੂਇਡ ਹੈ ਜਿਹੜਾ ਕਿ ਸਾਡੇ ਸਰੀਰ ਦੇ ਅੰਦਰ ਸਾਰੀ ਤਰ੍ਹਾਂ ਦੀ ਜਿਹੜੀ ਅਸੀਂ ਕਹਿੰਦੇ ਫੂਡ, ਐਨਰਜੀ, ਇਹ ਸਭ ਨੂੰ ਟਰਾਂਸਮਿਟ ਕਰਦਾ ਹੈ ਅਤੇ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਟਰਾਂਸਮਿਟ ਕਰਦਾ ਹੈ, ਜਿਵੇਂ ਕਿ ਸਾਡਾ ਬਚਾਓ ਕੇਂਦਰ ਜਾਂ ਬਾਕੀ ਚੀਜ਼ਾਂ ਨੂੰ ਇਹ ਕੈਰੀ ਕਰਦਾ ਅਤੇ ਵੇਸਟ ਨੂੰ ਵਾਪਸ ਲੈ ਕੇ ਆਉਂਦਾ ਹੈ, ਉਹ ਸਾਰਾ ਕੁਝ ਜਿਹੜਾ ਉਹ ਬਲੱਡ ਕਰਦਾ ਜੀ। ਪਰ ਅਨੀਮੀਆ ਜਦੋਂ ਬਲੱਡ ਦੀ ਕਮੀ ਹੁੰਦੀ ਹੈ, ਟੋਟਲ ਇਸ ਫਲੂਇਡ ਦੀ ਕਮੀ ਹੁੰਦੀ ਹੈ, ਉਸਨੂੰ ਨਹੀਂ ਕਿਹਾ ਜਾਂਦਾ। ਬਲੱਡ ਦੇ ਅੰਦਰ ਦੇ ਹੋਰ ਬਹੁਤ ਸਾਰੇ ਕੰਪੋਨੈਂਟਸ ਨੇ। ਬਲੱਡ ਦੇ ਅੰਦਰ ਪਹਿਲਾਂ ਤਾਂ ਪਲਾਜ਼ਮਾ ਹੈ, ਫਲੂਇਡ ਜਿਹਦੇ ਅੰਦਰ ਬਾਕੀ ਸਾਰੇ ਸੈਲਸ ਤੁਰੇ ਫਿਰਦੇ ਨੇ ਜੀ। ਬਲੱਡ ਦੇ ਅੰਦਰ ਦੇ ਸੈਲਸ ਜਿਹੜੇ ਨੇ ਉਹਦੇ ਅੰਦਰ RBCs, ਰੈੱਡ ਬਲੱਡ ਸੈਲਸ, RBC ਮਤਲਬ ਰੈੱਡ ਬਲੱਡ ਸੈਲਸ, ਸੋ ਇਹ ਨੇ ਜਿਹੜੇ ਸਾਡੇ ਖੂਨ ਨੂੰ ਰੰਗ ਦਿੰਦੇ ਨੇ, ਲਾਲੀ ਇਹਦੇ ਤੋਂ ਆਉਂਦੀ ਹੈ। 50% ਸਾਡੇ ਜਿਹੜਾ ਬਲੱਡ ਹੈ ਉਸਦੀ ਜਿਹੜੀ ਕੰਪੋਜੀਸ਼ਨ ਹੈ ਉਹ RBCs ਹੁੰਦੇ ਨੇ। ਇਹ ਨਾ ਹੀ ਇਕੱਲਾ ਰੰਗ ਦਿੰਦੇ ਨੇ ਅਤੇ ਇਹਨਾਂ ਦਾ ਮੇਨ ਫੰਕਸ਼ਨ ਹੈਗਾ ਕਿ ਇਹ ਸਾਡੇ ਸਰੀਰ ਦੇ ਅੰਦਰ ਵਾਕੇ ਹੀ ਜਿਹੜੀ ਆਕਸੀਜਨ ਟ੍ਰਾਂਜੈਕਸ਼ਨ ਹੈਗੀ ਆ ਉਹ RBC ਦੇ ਰਾਹੀਂ ਹੁੰਦੀ ਹੈ। ਉਹ ਹੁੰਦੀ ਕਿੱਦਾਂ ਹੈ ਕਿ RBCs ਸਾਡੇ ਆਕਸੀਜਨ ਕੈਰੀਅਰ ਟਰੱਕ ਨੇ ਜੀ, ਜਿਵੇਂ ਤੁਸੀਂ ਵੀ ਅੱਗੇ ਐਗਜ਼ਾਮਪਲ ਦਿੰਦੇ ਹੋ, ਠੀਕ ਹੈ ਜੀ। ਪਰ ਇਹ ਆਪਣੇ ਆਪ ਦੇ ਉੱਤੇ ਇਹ ਆਪ ਫੜ ਕੇ ਨਹੀਂ ਰੱਖ ਸਕਦੇ ਆਕਸੀਜਨ ਨੂੰ। ਸੋ ਇੱਕ ਹੋਰ ਜਿਹੜਾ ਕੰਪੋਨੈਂਟ ਪ੍ਰੋਟੀਨ ਹੈਗਾ ਜਿਸ ਨੂੰ ਕਿ ਹੀਮੋਗਲੋਬਿਨ ਕਿਹਾ ਜਾਂਦਾ ਹੈਗਾ, ਉਹ ਪ੍ਰੋਟੀਨ ਇਸ ਟਰੱਕ ਤੇ ਚੜ ਜਾਂਦਾ ਤੇ ਫਿਰ ਉਹ ਆਕਸੀਜਨ ਨੂੰ ਫੜ ਲੈਂਦਾ। ਉਹਨੂੰ ਕੰਟੇਨਰ ਕਹਿ ਸਕਦੇ ਹਾਂ ਆਪਾਂ, ਜਿਹੜਾ ਬਲੱਡ ਆ ਇੱਕ ਫਲੈਟ ਬੈੱਡ ਟਰੱਕ ਆ ਜੀ। ਬਿਲਕੁਲ, ਜੇ ਤੁਸੀਂ ਉਹਦੇ ਉੱਪਰ ਬਹੁਤੀਆਂ ਚੀਜ਼ਾਂ ਪਹਿਲੀਆਂ ਤਾਂ ਰੱਖ ਨਹੀਂ ਸਕਦੇ, ਜੇ ਰੱਖੀਆਂ ਹੋਣਗੀਆਂ ਤਾਂ ਰਾਸਤੇ ਦੇ ਵਿੱਚ ਖਿਲਰ ਪੱਤਰ ਜਾਣਗੀਆਂ। ਬਿਲਕੁਲ, ਉਹਦੇ ਵਿੱਚ ਇੱਕ ਕੈਰੀਅਰ ਹੈਗਾ ਜੀ, ਇੱਕ ਬਾਸਕਟਸ ਹੈਗੀਆਂ ਨੇ, ਉਹ ਸਾਡਾ ਪ੍ਰੋਟੀਨ ਤੇ ਉਹ ਹੈਗਾ ਹੀਮੋਗਲੋਬਿਨ। ਹੀਮੋਗਲੋਬਿਨ, ਔਰ ਜੇ ਆਪਾਂ ਅੱਗੇ ਜਾ ਕੇ ਆਇਰਨ ਦੀ ਗੱਲ ਕਰਾਂਗੇ, ਉਹ ਹੈਗਾ ਵੀ ਜੇ ਅਸੀਂ ਉਹਨੂੰ ਰੱਸੀਆਂ ਪਾ ਦਿੰਦੇ ਹਾਂ ਸਿਕਿਉਰ ਕਰ ਦਿੰਦੇ। ਬਿਲਕੁਲ ਜੀ, ਬਟ ਇਹ ਹੀਮੋਗਲੋਬਿਨ ਪ੍ਰੋਟੀਨ ਹੈ ਜਿਹੜਾ ਕਿ ਆਕਸੀਜਨ ਨੂੰ ਫੜਦਾ ਹੈ ਤੇ ਫਿਰ ਜਿਹੜੇ RBCs ਨੇ ਉਹਨੂੰ ਟਰਾਂਸਪੋਰਟ ਕਰਦੇ ਨੇ। ਸੋ ਬਲੱਡ ਦੇ ਅੰਦਰ ਸਭ ਤੋਂ ਪਹਿਲਾਂ ਅਸੀਂ ਦੇਖਿਆ ਪਲਾਜ਼ਮਾ ਜਿਹੜਾ ਕਿ ਫਲੂਇਡ ਹੈ, ਅਸੀਂ ਕਹਿ ਸਕਦੇ ਹਾਂ ਪਲਾਜ਼ਮਾ ਜਿਹੜਾ ਉਹ ਈਜ਼ੀਲੀ ਜਦੋਂ ਆਪਾਂ ਕਿਸੇ ਵੀ ਸਲਾਈਡ ਤੋਂ ਆਪਾਂ ਸਪੈਸ਼ਲੀ ਵਾਟਰ ਪਾਰਕ ਜਾਂਦੇ ਹਾਂ ਤਾਂ ਵਾਟਰ ਪਾਰਕ ਜਿਹੜਾ ਪਾਣੀ ਹੈਗਾ ਜਿਹਦੇ 'ਤੇ ਅਸੀਂ ਸਲਾਈਡ ਕਰਦੇ ਹਾਂ ਉਹ ਹੈਗਾ ਪਲਾਜ਼ਮਾ ਅਤੇ ਆਪਾਂ ਹੈਗੇ ਹਾਂ ਉਹਦੇ ਅੰਦਰ RBC, ਠੀਕ ਹੈ ਜੀ। ਹੁਣ ਇਹ ਹੋ ਗਿਆ RBC, RBC ਦੇ ਅੰਦਰ ਇੱਕ ਫੰਕਸ਼ਨ ਅਸੀਂ ਦੇਖ ਲਿਆ ਵੀ ਇਹ ਆਕਸੀਜਨ ਨੂੰ ਕੈਰੀ ਕਰਦੇ ਨੇ ਹੀਮੋਗਲੋਬਿਨ ਦੀ ਮਦਦ ਨਾਲ ਕਰਦੇ ਨੇ। ਸੋ ਦੂਸਰੇ ਸੈਲਸ ਜਿਹੜੇ ਇਹਦੇ 'ਚ ਆ ਜਾਂਦੇ ਨੇ ਉਹ ਹੈਗੇ ਨੇ WBC, ਵਾਈਟ ਬਲੱਡ ਸੈਲਸ, ਹਾਂਜੀ।
ਸੋ ਇਹ ਜਿਹੜੇ ਨੇ ਸਾਡੇ ਸਰੀਰ ਦੇ ਪ੍ਰੋਟੈਕਟਰਸ ਨੇ ਸੋ ਜਿਹੜੇ ਕਿ ਸੋਲਜਰਸ ਨੇ ਬਾਡੀ ਦੇ ਕੋਈ ਵੀ ਇਹ ਸਾਡੀਆਂ ਫੌਜਾਂ ਨੇ ਸੋ ਕਿਤੇ ਵੀ ਇਨਫੈਕਸ਼ਨ ਹੋ ਗਈ ਜਾਂ ਬਿਮਾਰੀ ਹੋ ਗਈ ਜਾਂ ਕਿਤੇ ਵੀ ਨਿਊਟ੍ਰੀਸ਼ਨ ਜਾਂ ਫਿਰ ਡਿਫੈਂਸ ਮੈਕਨਿਜ਼ਮ ਦੀ ਲੋੜ ਪੈ ਗਈ ਸੱਟ ਹੈਗੀ ਆ ਉੱਥੇ ਇਹ ਫਟਾਫਟ ਪਹੁੰਚਦੇ ਨੇ ਇਹ ਵੀ ਬਲੱਡ ਰਾਹੀਂ ਹੀ ਪਹੁੰਚਦੇ ਨੇ ਗੱਲ ਕੀ ਕਿ ਜਿਹੜਾ ਕੈਰੀਅਰ ਆ ਉਹਦੇ ਨਾਲ ਨਾਲ ਸਾਡੀਆਂ ਇਹ ਫੌਜਾਂ ਰਹਿੰਦੀਆਂ ਨੇ ਜਿਹੜੀਆਂ ਕਿ ਉਹਨਾਂ ਨੂੰ ਜਦੋਂ ਤੱਕ ਕਿਸ ਕੋਈ ਚੀਜ਼ ਜਿਹੜੀ ਆ ਉੱਥੋਂ ਤੱਕ ਨਹੀਂ ਪਹੁੰਚਦੀ ਉੱਥੋਂ ਤੱਕ ਵੀ ਰਾਖੀ ਕਰਦੀਆਂ ਨੇ ਉੱਥੇ ਪਹੁੰਚਦੀ ਆ ਅਤੇ ਉੱਥੇ ਵੀ ਸਾਡੀਆਂ ਫੌਜਾਂ ਜਿੱਦਣ ਸਾਡੀਆਂ ਇਹ ਫੌਜਾਂ ਕਮਜ਼ੋਰ ਹੋ ਗਈਆਂ ਤਾਂ ਸਮਝ ਲਓ ਅਸੀਂ ਗਏ ਉੱਥੇ ਸਾਨੂੰ ਫਿਰ ਡਿਫੈਂਸ ਜਾਂ ਆਕਸੀਜਨ ਜਾਂ ਸਭ ਚੀਜ਼ਾਂ ਨਹੀਂ ਪਹੁੰਚਣਗੀਆਂ ਐਂਡ ਦਾ ਥਰਡ ਸੈੱਲ ਦੇ ਆਰ ਇਨ ਦਾ ਬਲੱਡ ਆਰ ਅਵਰ ਪਲੇਟਲੈਟਸ ਜੀ ਪਲੇਟਲੈਟਸ ਉਹ ਸੈੱਲ ਨੇ ਜਿਹੜੇ ਕਿ ਜਦੋਂ ਹੀ ਕਿਤੇ ਆ ਜਿਹੜਾ ਕੈਰੀਅਰ ਚੱਲ ਰਿਹਾ ਹੈਗਾ ਇਸਦੇ ਰਸਤੇ ਦੀ ਜਾਂ ਇਸਦੇ ਬਲੱਡ ਵੈਸਲ ਦੀ ਕੋਈ ਡੈਮੇਜ ਹੋ ਜਾਵੇ ਜਿਵੇਂ ਸੜਕ 'ਤੇ ਡੈਮੇਜ ਆ ਜਾਵੇ ਅਤੇ ਜਿੰਨੇ ਫਟਾਫਟ ਸੜਕ ਨੂੰ ਰਿਪੇਅਰ ਕਰਨਾ ਹੈਗਾ ਬਲੱਡ ਵੈਸਲ ਨੂੰ ਰਿਪੇਅਰ ਕਰਨਾ ਉਹ ਹੈਗੇ ਸਾਡੇ ਪਲੇਟਲੈਟਸ ਸੋ ਦਿਸ ਇਜ਼ ਹਾਊ ਅਵਰ ਬਲੱਡ ਇਜ਼ ਕੰਸਟੀਟਿਊਟ ਸੋ ਅਨੀਮੀਆ ਜਿਹੜਾ ਹੈ ਉਹ ਸਾਰੇ ਦੇ ਸਾਰੇ ਬਲੱਡ ਜਿਹਦੇ ਅੰਦਰ ਪਲਾਜ਼ਮਾ ਆਰ ਬੀ ਸੀ ਡਬਲਿਊ ਬੀ ਸੀ ਪਲੇਟਲੈਟਸ ਸਾਰੇ ਨੇ ਦੀ ਕਮੀ ਨੂੰ ਨਹੀਂ ਕਿਹਾ ਜਾਂਦਾ ਅਨੀਮੀਆ ਹੈਗਾ ਸਿਰਫ ਜਦੋਂ ਆਰ ਬੀ ਸੀ ਦੀ ਕਮੀ ਹੁੰਦੀ ਹੈ ਜਾਂ ਆਰ ਬੀ ਸੀ ਸਹੀ ਤਰ੍ਹਾਂ ਦੇ ਨਹੀਂ ਹੈਗੇ ਜਾਂ ਉਹਨਾਂ ਦੀ ਸ਼ੇਪ ਚੰਗੀ ਨਹੀਂ ਹੈਗੀ ਅਤੇ ਜਾਂ ਫਿਰ ਹੀਮੋਗਲੋਬਿਨ ਜਿਹੜਾ ਉਹ ਪ੍ਰੋਟੀਨ ਜਿਹਨੇ ਆਕਸੀਜਨ ਨੂੰ ਕੈਰੀ ਕਰਨਾ ਹੈਗਾ ਉਹਦੀ ਕਮੀ ਜਾਂ ਉਸ ਦੀ ਬਣਤਰ ਦੇ ਅੰਦਰ ਜਿਹੜਾ ਉਹਦੀ ਸ਼ੇਪ ਸਹੀ ਨਹੀਂ ਹੈਗੀ ਨੂੰ ਅਨੀਮੀਆ ਕਿਹਾ ਜਾਂਦਾ ਨਾ ਕਿ ਟੋਟਲ ਖੂਨ ਦੀ ਘਾਟ ਨੂੰ ਅਨੀਮੀਆ ਕਹਿ ਠੀਕ ਹੈ ਜੀ ਸੋ ਮੇਰੀ ਉਮੀਦ ਹੈ ਕਿ ਤੁਹਾਨੂੰ ਦੋਸਤੋ ਜ਼ਰੂਰ ਸਮਝ ਆ ਗਿਆ ਹੋਵੇਗਾ ਕਿ ਬਲੱਡ ਦੇ ਵਿੱਚ ਜੇ ਆਰ ਬੀ ਸੀਜ਼ ਦੀ ਕਮੀ ਹੈ ਹਾਂਜੀ ਜੇ ਪਲੇਟਲੈਟਸ ਅਤੇ ਜਿਹੜੀਆਂ ਸਾਡੀਆਂ ਫੌਜਾਂ ਨੇ ਜੀ ਉਹ ਠੀਕ ਡਬਲਿਊ ਬੀ ਸੀ ਉਹ ਠੀਕ ਹੈ ਜੀ ਉਹਨੂੰ ਆਪਾਂ ਅਨੀਮੀਆ ਨਹੀਂ ਮੰਨਦੇ ਸਿਰਫ ਅਤੇ ਸਿਰਫ ਜੇ ਆਰ ਬੀ ਸੀਜ਼ ਦੇ ਵਿੱਚ ਕਮੀ ਹੈਗੀ ਆ ਉਹਨੂੰ ਆਪਾਂ ਅਨੀਮੀਆ ਜਾਂ ਉਹ ਕਮੀ ਨੇ ਜਾਂ ਉਹ ਫਾਲਟੀ ਨੇ ਜਾਂ ਉਹ ਖਰਾਬ ਨੇ ਜਾਂ ਉਹ ਘੱਟ ਨੇ ਜਾਂ ਗਲਤ ਸ਼ੇਪ ਦੇ ਨੇ ਹੁਣ ਟਰੱਕ ਇੱਕ ਸਰਟਨ ਸ਼ੇਪ ਦਾ ਹੋਣਾ ਚਾਹੀਦਾ ਸੋ ਜਿਹੜੇ ਆਰ ਬੀ ਸੀਜ਼ ਨੇ ਇੱਕ ਸਰਟਨ ਸ਼ੇਪ ਦੇ ਹੋਣੇ ਚਾਹੀਦੇ ਆ ਦੇ ਆਰ ਡਿਸਕ ਲਾਈਕ ਰਾਊਂਡ ਡਿਸਕ ਲਾਈਕ ਫਲੈਟ ਸ਼ੇਪ ਪਰ ਕਈ ਵਾਰੀ ਇਹਨਾਂ ਦੀ ਸ਼ੇਪ ਖਰਾਬ ਹੋ ਜਾਂਦੀ ਹੈ ਕਈ ਹੈਲਥ ਇਸ਼ੂਜ਼ ਦੇ ਅੰਦਰ ਆਪਾਂ ਗੱਲ ਕਰਾਂਗੇ ਸੋ ਜੇ ਉਹ ਕ੍ਰੈਸੈਂਟ ਸ਼ੇਪ ਹੋ ਗਏ ਮੂਨ ਸ਼ੇਪ ਹੋ ਗਏ ਟੇਢੇ ਮੇਢੇ ਹੋ ਗਏ ਤਾਂ ਫਿਰ ਯੈਸ ਇਹਨਾਂ ਦੀ ਜਿਹੜੀ ਸ਼ੇਪ ਖਰਾਬ ਹੋ ਜਾਣ ਦੇ ਨਾਲ ਇਹ ਆਕਸੀਜਨ ਕੈਰੀ ਨਹੀਂ ਕਰਦੇ ਐਂਡ ਦੈਨ ਕਾਜ਼ ਪ੍ਰੋਬਲਮ ਜੀ ਔਰ ਇਹ ਕਿਹਨੂੰ ਕਿਹਨੂੰ ਹੋ ਸਕਦੇ ਓਕੇ ਜੀ ਸੋ ਅਨੀਮੀਆ ਦੇ ਅੰਦਰ ਕੋਈ ਵੀ ਏਜ ਗਰੁੱਪ ਹੋ ਸਕਦਾ ਹੈ ਉਹ ਚਾਹੇ ਇਨਫੈਂਟਸ ਨੇ ਚਾਹੇ ਉਹ ਐਡਲਟਸ ਨੇ ਚਾਹੇ ਉਹ ਮੇਲ ਨੇ ਉਹ ਫੀਮੇਲ ਨੇ ਚਾਹੇ ਉਹ ਬਜ਼ੁਰਗ ਨੇ ਅਨੀਮੀਆ ਕਿਸੇ ਵੀ ਏਜ ਗਰੁੱਪ ਦੇ ਅੰਦਰ ਅਤੇ ਜੈਂਡਰ ਦੋਨਾਂ ਦੇ ਅੰਦਰ ਪਾਇਆ ਜਾਂਦਾ ਹੈਗਾ ਜੀ ਸੋ ਇੰਪੋਰਟੈਂਟ ਇੱਥੇ ਹੈਗਾ ਕਿ ਐਜ਼ ਵੀ ਅੰਡਰਸਟੂਡ ਸਿੱਧੂ ਜੀ ਕਿ ਇਹਦੇ ਅੰਦਰ ਮੇਨ ਆਰ ਬੀ ਸੀਜ਼ ਦੀ ਕਮੀ ਹੁੰਦੀ ਹੈ ਅਤੇ ਹੀਮੋਗਲੋਬਿਨ ਦੀ ਕਮੀ ਹੁੰਦੀ ਹੈ ਸੋ ਫਿਰ ਹਾਊ ਕੈਨ ਵੀ ਨੋ ਤੁਹਾਡਾ ਇਨੀਸ਼ੀਅਲੀ ਤੁਸੀਂ ਕਿਹਾ ਸੀਗਾ ਵੀ ਵੀ ਕੈਨ ਟਾਕ ਅਬਾਊਟ ਇਟ ਸਾਨੂੰ ਕਿੱਦਾਂ ਪਤਾ ਚੱਲੇਗਾ ਵੀ ਜਦੋਂ ਇਹਨਾਂ ਦੀ ਕਮੀ ਆਈ ਤਾਂ ਕੀ ਸਾਡੀ ਬਾਡੀ ਕਿਸ ਤਰ੍ਹਾਂ ਫੰਕਸ਼ਨ ਕਰੇਗੀ ਜਾਂ ਸਾਨੂੰ ਇਨੀਸ਼ੀਅਲ ਕਿੱਦਾਂ ਦੇ ਸਿੰਪਟਮਸ ਦੇਏਗੀ ਦੈਟ ਵੀ ਕੈਨ ਫਿਗਰ ਆਊਟ ਇਫ ਦੇਰ ਇਜ਼ ਐਨੀ ਪ੍ਰੋਬਲਮ ਵਿਦ ਅਸ ਜੀ ਇਹ ਕਿਸ ਉਮਰ ਤੋਂ ਹੋ ਸਕਦੇ ਬੱਚਾ ਪੈਦਾਇਸ਼ੀ ਵੀ ਅਨੀਮੀਆ ਨਾਲ ਬਿਲਕੁਲ ਜੀ ਸੋ ਜੇ ਆਪਾਂ ਪੈਦਾਇਸ਼ੀ ਬੱਚੇ ਦੇ ਸਿੰਪਟਮਸ ਦੇਖੀਏ ਜਾਂ ਅਸੀਂ ਇਹ ਦੇਖੀਏ ਵੀ ਸਮਝੀਏ ਕਿ ਮੇਰਾ ਬੱਚਾ ਅਨੀਮੀਅਕ ਤਾਂ ਨਹੀਂ ਹੈਗਾ ਤਾਂ ਬਹੁਤ ਸਾਰੇ ਵਾਈਡ ਸਿੰਪਟਮਸ ਜਿਹੜੇ ਅਸੀਂ ਦੇਖ ਸਕਦੇ ਹੈਗੇ ਹਾਂ ਸੋ ਬੱਚਿਆਂ ਦੇ ਅੰਦਰ ਜੋ ਚੰਗੀ ਤਰ੍ਹਾਂ ਖਾ ਪੀ ਨਹੀਂ ਰਿਹਾ ਉਸਦੀ ਭੁੱਖ ਘੱਟ ਹੈਗੀ ਹੈ ਉਹਦਾ ਬਾਊਲ ਮੂਵਮੈਂਟ ਸਹੀ ਨਹੀਂ ਹੈਗਾ ਉਹਨੂੰ ਕਬਜ਼ੀ ਰਹਿੰਦੀ ਹੈਗੀ ਹੈ ਜਾਂ ਹਰ ਵੇਲੇ ਬੱਚਾ ਇਰੀਟੇਬਲ ਰਹਿੰਦਾ ਮੇਰਾ ਬੱਚਾ ਖੇਡਦਾ ਹੈ ਭੱਜਦਾ ਨੱਸਦਾ ਹੈ ਅਤੇ ਲੰਮਾ ਪੈ ਜਾਂਦਾ ਫਿਰ ਰੋਂਦਾ ਜੀ ਥੋੜ੍ਹੀ ਦੇਰ ਖੇਡਦਾ ਹੈ ਫਿਰ ਸੋਫੇ 'ਤੇ ਪੈ ਜਾਂਦਾ ਫਿਰ ਰੋਂਦਾ ਭੱਜਣਾ ਖੇਡਣਾ ਨੱਸਣਾ ਉਹ ਚਾਹੁੰਦਾ ਜਾਂ ਫਿਰ ਨੱਸਦਾ ਭੱਜਦਾ ਉਹ ਸਾਹੋ ਸਾਈ ਹੋ ਜਾਂਦਾ ਵਜ਼ਨ ਵੀ ਉਹਦਾ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ ਮੋਟਾ ਨਹੀਂ ਹੈਗਾ ਭਾਰਾ ਨਹੀਂ ਹੈਗਾ ਪਰ ਥੋੜ੍ਹਾ ਜਿਹਾ ਭੱਜਦਾ ਨੱਸਦਾ ਫਿਰ ਸਾਹ ਲੈਣ ਲੱਗ ਜਾਂਦਾ ਬੈਠ ਜਾਂਦਾ ਸੋ ਇਹਦਾ ਮਤਲਬ ਹੈ ਕਿ ਜਦੋਂ ਇਹ ਐਗਜ਼ਰਟ ਕਰਦਾ ਹੈਗਾ ਤਾਂ ਉਹਦੇ ਸਰੀਰ ਦੀ ਆਕਸੀਜਨ ਇਨਟੇਕ ਜਾਂ ਨੀਡ ਵੱਧਦੀ ਹੈਗੀ ਹੈ ਸਾਨੂੰ ਵੀ ਪਤਾ ਹੈ ਕਿ ਜਦੋਂ ਅਸੀਂ ਭੱਜਦੇ ਨੱਸਦੇ ਹਾਂ ਤਾਂ ਸਾਡੇ ਸਰੀਰ ਨੂੰ ਹੋਰ ਐਨਰਜੀ ਚਾਹੀਦੀ ਹੈ ਅਤੇ ਸਾਡੇ ਸਰੀਰ ਦੀ ਆਕਸੀਜਨ ਨੀਡ ਵੱਧ ਜਾਂਦੀ ਹੈ ਪਰ ਜੇ ਮੇਰੇ ਸਰੀਰ ਦੇ ਆਕਸੀਜਨ ਕੈਰੀਅਰ ਘੱਟ ਹੈਗੇ ਨੇ ਆਰ ਬੀ ਸੀਜ਼ ਘੱਟ ਹੈਗੇ ਨੇ ਤਾਂ ਫਿਰ ਮੈਂ ਹੱਫਾਂਗਾ ਔਰ ਇਹ ਚੀਜ਼ ਅਸੀਂ ਆਪਣੇ ਬੱਚਿਆਂ 'ਚ ਵੀ ਦੇਖਦੇ ਹੈਗੇ ਹਾਂ ਅਲੋਂਗ ਵਿਦ ਦੈਟ ਜੇ ਮੇਰਾ ਬੱਚਾ ਕੋਈ ਇਹੋ ਜਿਹੀਆਂ ਚੀਜ਼ਾਂ ਨੂੰ ਚੱਬਦਾ ਚਿੱਥਦਾ ਹੈ ਜਿਹੜੀਆਂ ਕਿ ਨਹੀਂ ਖਾਣੀਆਂ ਚਾਹੀਦੀਆਂ ਜਿਵੇਂ ਕਿ ਉਹ ਕਾਗਜ਼ ਚਿੱਥਦਾ ਹੈਗਾ ਜਾਂ ਫਿਰ ਉਹ ਚੌਕ ਖਾਂਦਾ ਹੈਗਾ ਜਾਂ ਫਿਰ ਉਹ ਕੰਧਾਂ ਤੋਂ ਕਲੀਆਂ ਲਾ ਕੇ ਖਾਂਦਾ ਇੰਡੀਆ ਦੇ ਵਿੱਚ ਕਈ ਜਿਹੜੇ ਸੀਗੇ ਉਹ ਮਿੱਟੀ ਖਾਂਦੇ ਹੁੰਦੇ ਬਿਲਕੁਲ ਜੀ ਜਾਂ ਫਿਰ ਕਈ ਜਿਹੜੇ ਨੇ ਉਹ ਜਿਹੜੇ ਕੋਲੇ ਹੁੰਦੇ ਆ ਜੀ ਚੁੱਲ੍ਹਿਆਂ ਦੇ ਕੋਲੇ ਤੱਕ ਖਾ ਜਾਂਦੇ ਸੀ ਬਿਲਕੁਲ ਜੀ ਔਰ ਇੱਥੇ
ਗਾਚ ਨਹੀਂ ਖਾਂਦੇ ਆ ਬਿਲਕੁਲ। ਔਰ ਇੱਥੇ ਕਾਮਨਲੀ ਬੱਚੇ ਪੇਪਰ ਖਾਂਦੇ ਆ ਜੀ, ਜਾਂ ਫਿਰ ਆਪਣੇ ਕੱਪੜਿਆਂ ਨੂੰ ਚਿੱਥੀ ਜਾਂਦੇ ਹੈਗੇ ਆ, ਸ਼ਰਟ ਕੋਈ ਕੱਪੜਾ ਹੋਇਆ ਉਹਦਾ ਪੀਸ ਤੋੜ ਲਿਆ ਤੇ ਮੂੰਹ 'ਚ ਪਾਈ ਗਏ, ਧਾਗੇ ਖਿੱਚ ਖਿੱਚ ਕੇ ਮੂੰਹ 'ਚ ਪਾਉਂਦੇ ਆ, ਚਿੱਥੀ ਜਾਂਦੇ ਆ। ਸੋ ਇਹ ਅਨਡਾਈਜੈਸਟੇਬਲ ਚੀਜ਼ਾਂ ਜਾਂ ਫਿਰ ਸਟਰੇਂਜ ਆਬਜੈਕਟਸ ਨੂੰ ਮੂੰਹ 'ਚ ਪਾ ਕੇ ਰੱਖਣਾ ਬੱਚਿਆਂ ਦੇ ਅੰਦਰ ਇੱਕ ਬੜਾ ਕਾਮਨ ਸਾਈਨ ਹੈਗਾ ਕਿ ਇਹ ਅਨੀਮਿਕ ਹੋ ਸਕਦੇ ਹੈਗੇ ਜੀ। ਸਾਡੇ ਅੰਦਰ ਵੀ ਇਹਦੇ, ਜੇ ਮੇਲ ਫੀਮੇਲਸ ਦੇ ਅੰਦਰ ਅਸੀਂ ਦੇਖੀਏ ਤਾਂ ਸਾਡੇ ਅੰਦਰ ਵੀ ਫਟੀਕ ਅਤੇ ਥਕਾਵਟ ਦਾ ਰਹਿਣਾ, ਹਰ ਵੇਲੇ ਸਾਹ ਫੁੱਲਿਆ ਰਹਿਣਾ, ਚੰਗੀ ਤਰ੍ਹਾਂ ਨਾਲ ਸਾਹ ਨਾ ਆਉਣਾ, ਜਾਂ ਫਿਰ ਥੋੜ੍ਹਾ ਜਿਹਾ ਕੰਮ ਕਰਨ ਨਾਲ ਹੀ ਸਾਨੂੰ ਐਗਜ਼ਰਸ਼ਨ ਹੋ ਜਾਣਾ, ਵੀਕਨੈਸ ਟਾਇਰਡਨੈਸ ਰਹਿਣਾ, ਸਵੇਰ ਨੂੰ ਉੱਠਿਆ ਨਾ ਜਾਣਾ, ਬਦਨ ਦੇ ਅੰਦਰ ਦੁਖਣਾ, ਜਾਂ ਫਿਰ ਬਾਲਾਂ ਦਾ ਝੜਨਾ, ਜਾਂ ਫਿਰ ਦਿਲ ਦੀ ਧੜਕਣ ਦਾ ਜ਼ਿਆਦਾ ਰਹਿਣਾ। ਹੁਣ ਇਹ ਦਿਲ ਦੀ ਧੜਕਣ ਜ਼ਿਆਦਾ ਕਿਉਂ ਹੋਏਗੀ? ਅਸੀਂ ਇਹ ਸਮਝਿਆ ਕਿ ਜਿਹੜਾ ਸਾਡਾ RBC ਨੇ, ਜਦੋਂ ਇਹਨਾਂ ਦੀ ਕਮੀ ਹੁੰਦੀ ਉਸਨੂੰ ਅਨੀਮੀਆ ਕਿਹਾ ਜਾਂਦਾ, ਅਤੇ ਜੇ RBC ਘੱਟ ਹੋਣਗੇ ਤਾਂ ਆਕਸੀਜਨ ਕੈਰਿੰਗ ਪਾਵਰ ਸਾਡੇ ਸਰੀਰ ਦੀ ਘੱਟ ਜਾਏਗੀ, ਅਤੇ ਜੇ ਬਾਡੀ ਇਨਫ ਆਫ ਆਕਸੀਜਨ ਸਪਲਾਈ ਨਹੀਂ ਕਰ ਪਾਉਂਦੀ ਤਾਂ ਫਿਰ ਕਿੰਨੂ ਜ਼ਿਆਦਾ ਸਿਗਨਲ ਜਾਂਦੇ ਨੇ, ਦਿਮਾਗ ਨੂੰ ਸਿਗਨਲ ਜਾਂਦੇ ਆ ਵੀ ਹੱਥਾਂ ਪੈਰਾਂ ਨੂੰ ਆਕਸੀਜਨ ਨਹੀਂ ਪਹੁੰਚ ਰਹੀ, ਜਾਂ ਮੈਂ ਤੁਰ ਰਿਹਾ ਤਾਂ ਆਕਸੀਜਨ ਦੀ ਕਮੀ ਹੋ ਰਹੀ ਹੈ, ਤਾਂ ਫਿਰ ਦਿਮਾਗ ਦਿਲ ਨੂੰ ਸਿਗਨਲ ਭੇਜਦਾ ਵੀ ਮੋਟਰ ਤੇਜ਼ ਨਾ ਕੰਮ ਕਰ, ਵੀ ਬਲੱਡ ਸਪਲਾਈ ਨਹੀਂ ਪਹੁੰਚ ਰਹੀ ਜਾਂ ਆਕਸੀਜਨ ਲੈਵਲ ਘੱਟ ਹੈਗਾ। ਸੋ ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ, ਜਿਸ ਨਾਲ ਕਿ ਫਿਰ ਸਾਡੇ ਅੰਦਰ ਪੈਲਪੀਟੇਸ਼ਨ ਹੁੰਦੀ ਹੈ, ਦਿਲ ਦੀ ਧੜਕਣ ਵੱਧਦੀ ਹੈ। ਮਰੀਜ਼ ਕਹਿੰਦਾ ਵੀ ਜਦੋਂ ਮੈਂ ਚੱਲਦਾ ਮੇਰਾ ਦਿਲ ਧੱਕ ਧੱਕ ਕਰਨ ਲੱਗਦਾ, ਔਰ ਇਹ ਨਾਲ ਹੀ ਦਿਲ ਦੀ ਧੜਕਣ ਵਧਣ ਨਾਲ ਓਬਵੀਅਸਲੀ ਘਬਰਾਹਟ ਹੋਣ ਲੱਗਦੀ ਹੈ, ਕਿਉਂਕਿ ਇੱਕ ਨੋਰਮਲ ਪਲਸ ਰੇਟ ਜਾਂ ਇੱਕ ਨੋਰਮਲ ਹਾਰਟ ਬੀਟ ਹੈਗੀ ਹੈ ਲੈਸ ਦੈਨ 72 ਜੀ, ਅਤੇ ਜਦੋਂ ਫਿਰ ਉਹ ਜ਼ਿਆਦਾ ਹੋਣ ਲੱਗਦੀ ਹੈ ਤਾਂ ਬਾਡੀ ਨੂੰ ਸਿਮਟਮ ਆਉਣ ਲੱਗਦੇ ਆ। ਸੋ ਪੈਲਪੀਟੇਸ਼ਨ, ਇੰਗਜ਼ਾਇਟੀ ਉਹਦੇ ਨਾਲ ਜੁੜ ਜਾਣਾ ਵੀ ਅਨੀਮੀਆ ਦੇ ਸਾਈਨ। ਇਹ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ, ਇਹ ਫੀਮੇਲ ਬੱਚਿਆਂ ਜ਼ਿਆਦਾ ਹੁੰਦਾ ਜਾਂ ਮੇਲ ਬੱਚਿਆਂ ਦੇ ਵਿੱਚ? ਏਜ ਗਰੁੱਪ 'ਤੇ ਡਿਪੈਂਡ ਕਰਦਾ ਹੈ। ਸੋ ਜੇ ਅਸੀਂ ਪਿਊਬਰਟੀ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮੇਲ ਫੀਮੇਲ ਦੋਨਾਂ 'ਚ ਇਕੁਅਲੀ ਦੇਖਿਆ ਜਾਂਦਾ ਜੀ, ਠੀਕ ਹੈ। ਬਟ ਜੇ ਅਸੀਂ ਪਿਊਬਰਟੀ ਤੋਂ ਬਾਅਦ ਦੇਖੀਏ ਤਾਂ ਫੀਮੇਲ ਬੱਚਿਆਂ 'ਚ ਫਿਰ ਉਹਨਾਂ ਦੀ ਰੇਸ਼ੋ ਵਧਣ ਲੱਗਦੀ ਹੈ। ਸੋ ਜੇ ਅਸੀਂ 100 ਬੱਚਿਆਂ ਨੂੰ ਦੇਖਿਆ ਪਿਊਬਰਟੀ ਏਜ ਤੋਂ ਛੋਟੇ ਨੇ, ਤਾਂ ਉਹ ਹੋ ਸਕਦਾ ਹੈ ਕਿ ਇਕੁਅਲ ਰੇਸ਼ੋ ਰਹੀ ਹੋਵੇ, ਅਤੇ ਜਿਉਂ ਹੀ ਫਿਰ ਇਹੀ ਬੱਚੇ ਪਿਊਬਰਟੀ ਏਜ ਕ੍ਰੋਸ ਕਰ ਜਾਂਦੇ ਨੇ ਤਾਂ ਫਿਰ ਫੀਮੇਲ ਬੱਚੇ ਜਿਹੜੇ ਨੇ ਉਹਨਾਂ ਦੇ ਅੰਦਰ ਇਹ ਜ਼ਿਆਦਾ ਦੇਖਿਆ ਜਾਂਦਾ, ਬਿਕੋਜ਼ ਆਫ ਦ ਰੀਜ਼ਨ ਕਿ ਫੀਮੇਲ ਬੱਚੀਆਂ ਦੇ ਅੰਦਰ ਉਹਨਾਂ ਦੇ ਮੈਂਸਟਰਲ ਸਾਈਕਲ ਉਹਨਾਂ ਦੀ ਕੰਡੀਸ਼ਨ ਨੂੰ ਹੋਰ ਵੀ ਵਰਸ ਕਰ ਦਿੰਦਾ, ਕਿ ਹੋ ਸਕਦਾ ਹੈ ਕਿ ਉਹ ਪਿਊਬਰਟੀ ਏਜ ਤੋਂ ਪਹਿਲਾਂ ਚੰਗੀਆਂ ਹੋਣ, ਉਹ ਹਾਲੇ ਅਨੀਮਿਕ ਨਾ ਹੁੰਦੀਆਂ ਹੋਣ, ਪਰ ਜੇ ਉਹਨਾਂ ਦੀ ਬਾਡੀ ਰਿਕਵਰ ਨਹੀਂ ਕਰਦੀ ਤਾਂ ਪਿਊਬਰਟੀ ਏਜ ਤੋਂ ਬਾਅਦ ਫੀਮੇਲ ਬੱਚੀਆਂ ਦੀ ਰੇਸ਼ੋ ਜਿਹੜੀ ਹੈ ਟੂਵਰਡਸ ਅਨੀਮੀਆ ਹੋਰ ਵੀ ਹੋਣ ਲੱਗਦੀ ਹੈਗੀ ਹੈ। ਬੱਚਿਆਂ ਨੇ ਵੀ ਤੁਸੀਂ ਦੱਸਤਾ ਕਿ ਉਹ ਉਹਨਾਂ ਦਾ ਕੋਈ ਜਿੱਦਾਂ ਚਾਕ ਖਾਣ ਨੂੰ ਦਿਲ ਕਰਦਾ, ਜਾਂ ਫਿਰ ਮਿੱਟੀ ਖਾਣ ਨੂੰ ਦਿਲ ਕਰਦਾ, ਜਾਂ ਫਿਰ ਕੋਈ ਜਿਹੜੀਆਂ ਕੱਪੜੇ ਚੱਬਣ ਲੱਗ ਪੈਂਦੇ, ਇਸ ਤੋਂ ਇਲਾਵਾ ਜਿਹੜੇ ਅਡਲਟਸ ਦੇ ਵਿੱਚ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਦਿਲ ਕਰਦਾ ਪਰ ਉਹਨਾਂ ਨੂੰ ਪਤਾ ਵੀ ਇਹਦੇ ਨੁਕਸਾਨ ਕੀ, ਉਹ ਖਾਂਦੇ ਨਹੀਂ, ਇਹਦੇ ਹੋਰ ਕਿਹੜੇ ਕਿਹੜੇ ਲੱਛਣ ਹੋ ਸਕਦੇ? ਆਪਾਂ ਜਿਸ ਤਰ੍ਹਾਂ ਗੱਲ ਕੀਤੀ ਕਿ ਫਿਜ਼ੀਕਲ ਸਿਮਟਮਸ ਦੇ ਅੰਦਰ ਵੀਕਨੈਸ, ਟਾਇਰਡਨੈਸ, ਲਥਾਰਜੀਨੈਸ ਐਂਡ ਫੋਕਸ, ਕੰਸੈਂਟ੍ਰੇਸ਼ਨ ਭੰਗ ਹੋਣਾ, ਕਿਉਂਕਿ ਦਿਮਾਗ ਨੂੰ ਆਕਸੀਜਨ ਨਹੀਂ ਪਹੁੰਚ ਰਹੀ ਹੈਗੀ, ਸੋ ਆਪਣਾ ਫੋਕਸ ਨਹੀਂ ਬਣਦਾ, ਕਿਸੇ ਚੀਜ਼ ਵੱਲ ਧਿਆਨ ਨਹੀਂ ਬਣਦਾ, ਨਿਗਾਹ ਟਿਕਦੀ ਨਹੀਂ ਹੈਗੀ, ਨਿਗਾਹ ਬਲਰੀ ਹੋਣ ਲੱਗਦੀ ਹੈਗੀ ਹੈ, ਮੈਮਰੀ ਫੇਡ ਹੋਣ ਲੱਗਦੀ ਹੈ, ਚੀਜ਼ਾਂ ਭੁੱਲਣ ਲੱਗਦੀਆਂ ਹੈਗੀਆਂ, ਇਰੀਟੇਬਿਲਿਟੀ, ਗੁੱਸਾ, ਐਂਗਰ ਫਿਰ ਆ ਸਕਦਾ ਕਿ ਮੈਨੂੰ ਕੰਮ 'ਤੇ ਤਾਂ 8 ਘੰਟੇ ਲਾਉਣੇ ਹੀ ਪੈਣੇ ਆ, ਕੰਮ ਤਾਂ ਕਰਨਾ ਹੀ ਪੈਣਾ, ਬਟ ਕੰਮ ਤੋਂ ਇਲਾਵਾ ਮੇਰੇ ਕੋਲੋਂ ਹੁਣ ਜੇ ਮੈਂ ਘਰ ਆ ਜਾਣਾ ਅਤੇ ਮੇਰੇ ਬੱਚੇ ਮੇਰੇ ਤੋਂ ਮੇਰੇ ਨਾਲ ਖੇਡਣਾ ਚਾਹੁੰਦੇ ਨੇ ਤਾਂ ਮੈਂ ਨਹੀਂ ਕਰ ਪਾਉਂਦਾ, ਜਾਂ ਮੈਨੂੰ ਉਹਨਾਂ ਦੀ ਛੋਟੀ ਛੋਟੀ ਗੱਲ 'ਤੇ ਗੁੱਸਾ ਆਉਂਦਾ, ਇਰੀਟੇਬਿਲਿਟੀ, ਇਹ ਸਭ ਚੀਜ਼ਾਂ ਆਉਣ ਲੱਗਦੀਆਂ। ਇਸ ਤੋਂ ਇਲਾਵਾ ਜੇ ਫਿਜ਼ੀਕਲ ਸਿਮਟਮਸ ਅਸੀਂ ਦੇਖੀਏ ਤਾਂ ਹਫਨਾ, ਸਾਹ ਫੁੱਲਣਾ, ਇਹ ਸਭ ਕਾਮਨ ਹੈਗਾ ਨਾਲ ਦੀ ਨਾਲ। ਅਸੀਂ ਜੇ ਆਪਣੇ ਨੇਲ ਹੈਲਥ ਦੇਖੀਏ, ਹੇਅਰ ਹੈਲਥ ਦੇਖੀਏ ਤਾਂ ਉਹ ਕਮਜ਼ੋਰ ਹੋਣ ਲੱਗਦੀ ਹੈ। ਕਿਉਂ? ਕਿਉਂਕਿ ਬਾਡੀ ਪਹਿਲਾਂ ਇਹ ਕੋਸ਼ਿਸ਼ ਕਰਦੀ ਹੈ ਵੀ ਜ਼ਿਆਦਾ ਬਲੱਡ ਸਪਲਾਈ ਜਿੱਥੇ ਨੈਸੈਸਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਜਿਹਦੇ ਬਗੈਰ ਜ਼ਿੰਦਗੀ ਨਹੀਂ, ਉੱਥੇ ਪਹਿਲਾਂ ਪਹੁੰਚਾਈ ਜਾਵੇ, ਅਤੇ ਇਸ ਕਰਕੇ ਬਾਲਾਂ ਦੇ ਅਤੇ ਨੇਲਸ ਵੱਲ ਨੂੰ ਬਲੱਡ ਸਪਲਾਈ ਬਾਡੀ ਘਟਾ ਦਿੰਦੀ ਹੈ, ਰੋਕ ਦਿੰਦੀ ਹੈ। ਜਿੱਥੇ ਕੁਛ ਦੇਣੋ ਸਰਦਾ ਉੱਥੇ ਸਾਰ ਲਓ, ਹਾਂਜੀ, ਜਿੱਥੇ ਜ਼ਰੂਰੀ ਆ ਉੱਥੇ ਪਹਿਲਾਂ ਦੇ। ਬਿਲਕੁਲ ਜੀ। ਸੋ ਜਿੱਥੇ ਜਿਸਦੇ ਬਗੈਰ ਜੀਵਨ ਖਰਾਬ ਹੋ ਰਿਹਾ, ਡੈਥ ਵੱਲ ਨੂੰ ਬੰਦਾ ਜਾ ਰਿਹਾ, ਉੱਥੇ ਬਲੱਡ ਸਪਲਾਈ ਪੂਰੀ ਰੱਖੋ। ਸੋ ਇਸ ਕਰਕੇ ਜਿਹੜੇ ਆ ਫਿਰ ਆਪਾਂ ਜਿਹੜੇ ਬਾਲਾਂ ਦੀ ਝੜਨ ਦੀ ਦੇਖਦੇ ਹਾਂ ਵੀ, ਕਿਉਂਕਿ ਯੈਸ ਵੀ ਕੈਨ ਲਿਵ ਵਿਦਆਊਟ ਹੇਅਰ, ਸੋ ਇਸ ਕਰਕੇ ਨੇਚਰ ਜਿਹੜੀ ਹੈ ਨੈਚੁਰਲ ਡਿਫੈਂਸ ਮੈਕਨਿਜ਼ਮ ਦੇ ਅਕੋਰਡਿੰਗਲੀ ਬਾਲਾਂ ਨੂੰ ਜਿਹੜਾ ਉਹ ਸਰਕੂਲੇਸ਼ਨ ਘਟਾ ਦਿੰਦੀ ਹੈ, ਨੇਲਸ ਨੂੰ ਸਰਕੂਲੇਸ਼ਨ ਘਟਾ ਦਿੰਦੀ ਹੈ। ਸੋ ਗੰਜਾਪਨ ਆਉਣ ਲੱਗਦਾ ਹੈ, ਵਾਲ ਥਿਨਿੰਗ ਹੋਣ ਲੱਗਦੀ ਹੈ, ਵਾਲ ਲਸਚਰਲੈਸ ਹੋਣ ਲੱਗਦੇ ਨੇ, ਭਾਵ ਤੋਂ ਇੰਝ ਲੱਗਦਾ ਰੁੱਖੇ ਵਾਲ ਹੈਗੇ ਨੇ, ਵਾਲ ਆਪਸ 'ਚ ਕਹਿੰਦੇ ਕਦੀ ਮੇਰੇ ਵੇਲੇ ਤਾਂ ਇੰਨੇ ਸੋਹਣੇ ਸਿੱਧੇ ਸਟਰੇਟ ਵਾਲ ਸੀਗੇ ਪਰ ਹੁਣ ਮੇਰੇ ਵਾਲ ਗੁੰਝਲਦਾਰ ਨੇ, ਅਤੇ ਅਟਕਾਂ ਪੈਂਦੀਆਂ, ਗੁੱਛੇ ਵਾਂਗੂ ਵਾਲ ਜਿਹੜੇ ਅਟਕ ਅਟਕ ਕੇ ਡਿੱਗਦੇ ਹੈਗੇ ਆ, ਜਾਂ ਬਹੁਤ ਡਰਾਈ ਹੋ ਜਾਂਦੇ ਆ, ਹਾਂਜੀ,
ਆਲਵੇਸ ਜਿਹੜਾ ਇਹ ਜਿੱਦਾਂ ਸਿਰ 'ਚ ਪਟਾਕਾ ਚਲਾਇਆ ਹੁੰਦਾ ਜੀ, ਹਾਂਜੀ, ਉਹ ਜਿੰਨਾ ਚਿਰ ਤੁਸੀਂ ਉਹਨੂੰ ਕੋਈ ਆਇਲ ਵਗੈਰਾ ਜਾਂ ਨਾ ਲਾ ਕੇ ਉਹ ਖਿਲਰੇ ਰਹਿੰਦੇ ਆ, ਬਿਲਕੁਲ ਜੀ, ਖਿਲਰੇ ਪਏ ਰਹਿੰਦੇ ਨੇ, ਰਫ ਰਹਿੰਦੇ ਨੇ, ਡੈਡ ਜੇ ਲੁੱਕ ਕਰਦੇ ਨੇ, ਟੁੱਟ ਟੁੱਟ ਕੇ ਡਿੱਗਦੇ ਨੇ, ਜੜ੍ਹਾਂ ਤੋਂ ਵੀ ਟੁੱਟ ਟੁੱਟ ਕੇ ਡਿੱਗਦੇ ਨੇ. ਸੋ ਇਹ ਚੀਜ਼ਾਂ ਵਾਲਾਂ ਨਾਲ ਦੇਖ ਸਕਦੇ ਹਾਂ, ਆਈਬ੍ਰੋਜ਼ ਦੇ ਵਾਲ ਡਿੱਗਣਾ ਜਾਂ ਤੁਹਾਡੇ ਲੈਸ਼ਿਸ ਦੇ ਵਾਲ ਡਿੱਗਣਾ, ਬਾਡੀ ਹੇਅਰ ਵੀ ਲੋਸ ਹੋ ਸਕਦਾ. ਐਂਡ ਜੇ ਅਸੀਂ ਨੇਲ ਹੈਲਥ ਵੱਲ ਨੂੰ ਜਾਈਏ ਤਾਂ ਨੇਲ ਬਹੁਤ ਜ਼ਿਆਦਾ ਬ੍ਰਿਟਲ, ਕਮਜ਼ੋਰ, ਕਰੈਕਟ, ਅਤੇ ਆਪਾਂ ਇਸ ਵੱਲ ਹਾਲੇ ਵੀ ਧਿਆਨ ਨਹੀਂ ਦਿੱਤਾ. 2-3-5 ਸਾਲ ਲੰਘ ਗਏ ਤਾਂ ਅਨੀਮੀਆ ਦਾ ਇੱਕ ਮੇਜਰ ਸਾਈਨ ਨੇਲਸ ਦੇ ਉੱਤੇ ਦਿਖਦਾ, ਜਿਸਨੂੰ ਸਪੂਨ ਸ਼ੇਪ ਨੇਲਸ ਕਿਹਾ ਜਾਂਦਾ ਹੈ. ਸਪੂਨ ਸ਼ੇਪ ਨੇਲ ਜਿਹੜੇ ਨੇ, ਇਹਨਾਂ ਦੀ ਆਪਾਂ ਤੁਹਾਨੂੰ ਇੱਕ ਇਮੇਜ ਵੀ ਦਿਖਾਵਾਂਗੇ ਜਿਹੜਾ ਤੁਸੀਂ ਦੇਖ ਸਕੋ, ਦੈਟ ਦੀਜ਼ ਆਰ ਸਪੂਨ ਸ਼ੇਪ ਨੇਲ. ਸੋ ਇਹਨਾਂ ਦੇ ਵਿੱਚ ਜਦੋਂ ਆਪਾਂ ਪਿਕਚਰ ਦੇਖ ਰਹੇ ਹਾਂ, ਆਪਾਂ ਦੇਖ ਰਹੇ ਹਾਂ ਵੀ ਪਿਛਲੇ ਪਾਸਿਓਂ ਨੇਲ ਡੂੰਘਾ ਹੁੰਦਾ ਹੈ, ਵਿਚਕਾਰੋਂ ਡੂੰਘ ਪਾ ਕੇ ਬਿਲਕੁਲ ਚਮਚੇ ਵਰਗਾ ਹੋ ਗਿਆ, ਉਹਦੇ 'ਚ 2 ਤੁਪਕੇ ਪਾਣੀ ਵੀ ਪਾਓ ਤਾਂ ਟਿਕ ਸਕਦਾ. ਸੋ ਇਸ ਤਰ੍ਹਾਂ ਨੋਰਮਲੀ ਆਪਾਂ ਦੇਖਦੇ ਹਾਂ ਸਾਡੇ ਨੇਲਸ ਵਿਚਕਾਰੋਂ ਉੱਚੇ ਨੇ, ਸਾਈਡਾਂ ਤੋਂ ਨੀਵੇਂ ਨੇ, ਉਹਦੇ 'ਤੇ ਕੁਛ ਨਹੀਂ ਟਿਕ ਸਕਦਾ. ਸੋ ਦੀ ਸਪੂਨ ਸ਼ੇਪ ਨੇਲਸ ਆਰ ਟਿਪੀਕਲ ਸਾਈਨਸ ਆਫ ਅਨੀਮੀਆ. ਅਨੀਮੀਆ ਜਿਹੜਾ ਉਹ ਕਿੰਨੇ ਪ੍ਰਕਾਰ ਦਾ ਹੋ ਸਕਦਾ? ਬਹੁਤ ਸਾਰੀਆਂ ਕਿਸਮਾਂ ਨੇ, 400 kinds ਆਫ ਅਨੀਮੀਆ. ਵਾਓ, ਬਿਲਕੁਲ ਜੀ. ਬਟ ਆਪਾਂ ਇਹਨਾਂ ਨੂੰ ਕੁਛ ਕੈਟੇਗਰੀਜ਼ 'ਚ ਵੰਡ ਲੈਂਦੇ ਹਾਂ. 3 ਕੈਟੇਗਰੀ ਮੇਨ ਹੈਗੀਆਂ ਜਿਨ੍ਹਾਂ ਦੇ ਵਿੱਚ ਆਪਾਂ ਅਨੀਮੀਆ ਨੂੰ ਵੰਡ ਸਕਦੇ ਹਾਂ. ਅਤੇ ਆਪਾਂ ਸਾਈਨ ਸਿਮਟਮਸ ਦੀ ਗੱਲ ਕਰ ਰਹੇ ਸੀ, ਇੱਕ ਹੋਰ ਸਾਈਨ ਮੈਂ ਜ਼ਰੂਰ ਦੱਸਣਾ ਚਾਹਾਂਗੀ ਜਿਹੜਾ ਕਿ ਮੈਂ ਆਪਣੀ ਕਲੀਨਿਕ ਦੇ ਵਿੱਚ ਵੀ ਇੱਕ ਬੱਚੀ 'ਚ ਦੇਖਿਆ, ਔਰ ਉਸਨੂੰ ਪੁਆਇੰਟ ਆਊਟ ਕਰਕੇ ਜਦੋਂ ਹੀ ਉਹਦਾ ਟੈਸਟ ਕਰਾਇਆ ਗਿਆ ਤਾਂ ਉਹ ਪੋਜ਼ਿਟਿਵ ਆਇਆ, ਨੋਟ ਓਨਲੀ ਟੂ ਅਨੀਮੀਆ ਪਰ ਉਹ ਪਰਟੀਕੁਲਰ, ਕਿਉਂਕਿ ਅਸੀਂ ਕਿਹਾ 400 ਕਿਸਮ ਦਾ ਅਨੀਮੀਆ, ਤਾਂ ਉਹ ਜਿਹੜਾ ਸਾਈਨ ਸੀਗਾ ਉਹ ਸੀਗਾ ਬੱਚੀ ਦੇ ਗਮ ਲਾਈਨ, ਜਿਹੜੀ ਉਹਦੇ ਗਮ ਸੀਗੇ ਬਿਲਕੁਲ ਨੀਲੇ ਰੰਗ ਦੇ ਗਮ ਸੀ, ਡਾਰਕ ਐਂਡ ਨੀਲੇ ਗਮਸ. ਸੋ ਜਦੋਂ ਤੁਸੀਂ ਆਪਣੇ ਗਮਸ ਦੇਖੋ ਸ਼ੀਸ਼ੇ ਦੇ ਵਿੱਚ ਤਾਂ ਤੁਹਾਨੂੰ ਪਿੰਕ ਦਿਖਣੇ ਚਾਹੀਦੇ ਆ, ਪਰ ਉਹ ਬੱਚੀ ਦੇ ਨੀਲੇ ਰੰਗ ਦੇ ਸੀ. ਇਸ ਨੂੰ ਬਕਸਟਨ ਸਾਈਨ ਕਿਹਾ ਜਾਂਦਾ, ਲੈਡ ਪੋਇਜ਼ਨਿੰਗ ਸਾਈਨ. ਸੋ ਜੇ ਸਾਡੇ ਅੰਦਰ ਲੈਡ ਦੀ ਮਾਤਰਾ ਜਾਂ ਟੌਕਸਿਸਿਟੀ ਵੱਧ ਜਾਵੇ ਤਾਂ ਇਹ ਸਾਈਨ ਆਉਂਦਾ, ਔਰ ਇਸ ਦੀ ਵੀ ਇਮੇਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਸੋ ਦੈਟ ਤੁਸੀਂ ਇਸ ਨੂੰ ਸਮਝ ਸਕੋ ਕਿ ਇਹ ਕਿਤੇ ਘਰ ਦੇ ਕਿਸੇ ਜੀਅ ਦੇ ਅੰਦਰ ਤਾਂ ਨਹੀਂ, ਇਹ ਜਿਹੜਾ ਟੌਕਸਿਕ ਲੈਵਲ ਹੈਗਾ ਇਹ ਵੀ ਫਿਰ ਤੁਹਾਡੇ ਅੰਦਰ, ਕਿਉਂਕਿ ਜੇ ਲੈਡ ਦੀ ਮਾਤਰਾ ਸਰੀਰ 'ਚ ਵਧੇ ਤਾਂ ਇਹ ਬੋਨ ਮੈਰੋ ਨੂੰ ਅਟੈਕ ਕਰਦਾ, ਅਤੇ ਇਹ ਵੀ ਇੱਕ ਕਿਸਮ ਦਾ ਅਨੀਮੀਆ ਜਿਹੜਾ ਉਹ ਪੈਦਾ ਕਰਦਾ, ਜਿਸ ਬਾਰੇ ਅਸੀਂ ਅੱਗੇ ਗੱਲ ਕਰਦੇ ਹਾਂ. ਜਿਹੜਾ ਦੂਸਰੀ ਕਿਸਮ ਦਾ ਜੀ, 2 ਸਾਈਨ ਹੋ ਗਿਆ ਆਪਣੇ, ਇੱਕ ਨੌਵਾਂ ਦਾ ਹੋ ਗਿਆ, ਇੱਕ ਤਾਂ ਜਿਹੜੇ ਗਮ ਤੁਹਾਡੇ ਉਹ ਨੀਲੇ ਹੋ ਗਏ, ਹਾਂਜੀ, ਤੀਸਰਾ ਸਾਈਨ ਕਿਹੜਾ ਮੇਜਰ ਹੋ ਸਕਦਾ, ਤੀਸਰੀ ਟਾਈਪ ਆਫ ਅਨੀਮੀਆ ਜਿਹੜਾ ਆਪਾਂ ਕਿਹੜੇ? ਨੋ, ਕੈਟੇਗਰੀਜ਼ ਜਿਹੜੀਆਂ, ਇਹ ਤਾਂ ਸਾਈਨਸ ਆਪਾਂ ਗੱਲ ਕੀਤੀ ਜਨਰਲ, ਰਾਈਟ, ਜਿਹੜੀਆਂ ਕੈਟੇਗਰੀਜ਼ ਹੈ ਉਹ ਦੇ ਆਰ 3 ਡਿਫਰੈਂਟ ਕੈਟੇਗਰੀਜ਼. ਨੰਬਰ 1 ਕੈਟੇਗਰੀਜ਼ ਜਿੱਥੇ ਬਲੱਡ ਲਾਸ, ਐਕਸੈਸਿਵ ਬਲੱਡ ਲਾਸ ਕਰਕੇ ਹੋਣ ਵਾਲੇ ਸਾਰੇ ਤਰ੍ਹਾਂ ਦੇ ਅਨੀਮੀਆ. ਠੀਕ. ਨੰਬਰ 2 ਇਜ਼ ਡਿਕਰੀਜ਼ ਆਰਬੀਸੀ ਪ੍ਰੋਡਕਸ਼ਨ. ਆਪਾਂ ਕਿਹਾ ਆਰਬੀਸੀ ਕਰਕੇ ਇਹ ਪ੍ਰੋਬਲਮ ਹੈ, ਆਰਬੀਸੀ ਦੀ ਸ਼ੇਪ ਠੀਕ ਨਹੀਂ ਹੈ, ਫਾਲਟੀ ਨੇ, ਜਾਂ ਫਿਰ ਉਹ ਘੱਟ ਬਣ ਰਹੇ ਨੇ, ਘੱਟ ਬਣ ਰਹੇ, ਫਾਲਟੀ ਬਣ ਰਹੇ ਜਾਂ ਘੱਟ ਬਣ ਗਏ, ਇਜ਼ ਅ ਸੈਕਿੰਡ ਕੈਟੇਗਰੀ ਜਿਹਦੇ ਕਰਕੇ ਅਨੀਮੀਆ ਹੁੰਦਾ. ਅਤੇ 3rd ਹੈਗੇ ਬਣ ਸਹੀ ਰਹੇ ਨੇ, ਨੰਬਰ ਆਫ ਆਰਬੀਸੀਜ਼ ਆਰ ਫਾਈਨ, ਦੇ ਆਰ ਨੋਟ ਈਵਨ ਫਾਲਟੀ, ਪਰ ਡਿਸਟਰਕਸ਼ਨ ਆਫ ਆਰਬੀਸੀ ਜ਼ਿਆਦਾ ਹੋ ਰਹੀ ਹੈ. ਇੱਕ ਹੈਗਾ ਬਲੱਡ ਲਾਸ ਜ਼ਿਆਦਾ ਹੋ ਰਿਹਾ, ਉਹਦੇ ਕਰਕੇ ਪੂਰੇ ਦਾ ਪੂਰਾ ਹੀ ਬਲੱਡ ਘੱਟ ਰਿਹਾ ਤਾਂ ਅਨੀਮੀਆ ਹੋ ਗਿਆ. ਦੂਸਰਾ ਹੈਗਾ ਕਿ ਆਰਬੀਸੀ ਜਿੰਨਾ ਕਰਕੇ ਅਨੀਮੀਆ ਹੁੰਦਾ, ਜੇ ਉਹਨਾਂ ਦੀ ਫਾਲਟੀ ਪ੍ਰੋਡਕਸ਼ਨ ਜਾਂ ਘੱਟ ਪ੍ਰੋਡਕਸ਼ਨ ਹੋ ਰਹੀ ਹੈ. ਸੋ ਬਲੱਡ ਲਾਸ ਜਿਹੜਾ ਮੇਰੇ ਖਿਆਲ ਦੇ ਵਿੱਚ, ਜੇ ਤੁਹਾਡੇ ਕੋਲ ਬਲੱਡ ਲੀਕਿੰਗ ਹੈ ਤਾਂ ਹੀ ਹੈ, ਅਦਰਵਾਈਜ਼ 24 ਘੰਟੇ ਦੇ ਵਿੱਚ ਵੀ ਜੇ ਤੁਹਾਡੀ ਬੋਡੀ ਦੇ ਵਿੱਚ ਬਲੱਡ ਘਟਿਆ ਤੇ ਬੋਡੀ ਨੇ ਖੁਦ ਪ੍ਰੋਡਿਊਸ ਕਰ ਲੈਣਾ ਹੁੰਦਾ. ਸੋ ਜੇ ਨਿਰੰਤਰ ਲੀਕਿੰਗ ਹੋ ਰਹੀ ਹੈ ਕਿਸੇ ਪਾਸੇ, ਬਿਲਕੁਲ, ਫਿਰ ਹੋ ਸਕਦਾ ਵੀ ਉਹਨਾਂ ਬੋਡੀ ਬਣਾਉਂਦੀ ਨਹੀਂ ਜਿੰਨਾ ਤੁਹਾਡਾ ਲੀਕ ਹੋ ਰਿਹਾ. ਬਿਲਕੁਲ ਜੀ. ਐਂਡ ਦੈਟ ਇਜ਼, ਆਈ ਵੁੱਡ ਸੇ ਕਿ ਸਾਰਿਆਂ ਤੋਂ ਜ਼ਿਆਦਾ ਪ੍ਰਾਇਮਰੀ ਰੀਜ਼ਨ ਹੈ, ਕਾਮਨ ਰੀਜ਼ਨ ਹੈ ਕਿ ਬਲੱਡ ਲਾਸ ਕਰਕੇ ਹੋਣ ਵਾਲਾ ਅਨੀਮੀਆ, ਜਿਸ ਦੇ ਅੰਦਰ ਆਪਾਂ ਥੋੜ੍ਹਾ ਜਿਹਾ ਬਰੀਫਲੀ ਗੱਲ ਵੀ ਕੀਤੀ ਕਿ ਫੀਮੇਲ ਬੱਚੀਆਂ ਦੇ ਅੰਦਰ ਐਕਸੈਸਿਵ ਮੈਂਸਟਰਲ ਸਾਈਕਲ. ਸੋ ਫੀਮੇਲਸ ਦੇ ਅੰਦਰ ਆਫਟਰ ਪਿਊਬਰਟੀ, ਚਾਈਲਡ ਬੇਅਰਿੰਗ ਏਜ ਦੇ ਅੰਦਰ, ਡਿਊਰਿੰਗ ਮੈਂਸਟਰੇਸ਼ਨ ਜਾਂ ਫਿਰ ਪ੍ਰੈਗਨੈਂਸੀ ਦੇ ਦੌਰਾਨ ਐਕਸੈਸਿਵ ਬਲੱਡ ਲਾਸ ਕਰਕੇ ਹੋਣ ਵਾਲਾ ਅਨੀਮੀਆ ਇਜ਼ ਵਨ ਆਫ ਦ ਮੇਜਰ ਰੀਜ਼ਨ. ਬਟ ਇਹ ਨਹੀਂ ਹੈ ਕਿ ਇਹ ਜਿਹੜਾ ਬਲੱਡ ਲਾਸ ਅਨੀਮੀਆ ਸਿਰਫ ਫੀਮੇਲ 'ਚ ਹੈਗਾ, ਕਿਉਂਕਿ ਆਪਾਂ ਸੋਚਦੇ ਹਾਂ ਕਿ ਫੀਮੇਲ ਲੂਜ਼ ਮੋਰ ਬਲੱਡ ਲਾਸ ਇਸ ਕਰਕੇ ਇੰਨਾ ਚਾਹੇ, ਬਟ ਨੋ, ਮੇਲਸ ਆਲਸੋ ਹੈਵ ਸੋ ਮੈਨੀ ਡਿਫਰੈਂਟ ਰੀਜ਼ਨ ਜਿਹਨਾਂ ਕਰਕੇ ਉਹਨਾਂ ਦੇ ਅੰਦਰ ਬਲੱਡ ਲਾਸ ਅਨੀਮੀਆ ਹੈਗਾ, ਜਿਹਦੇ ਅੰਦਰ ਆਪਾਂ ਬਵਾਸੀਰ ਨੂੰ ਬਹੁਤ ਕਾਮਨਲੀ, ਜਿਹਦੇ ਅੰਦਰ ਐਵੀਡੈਂਟਲੀ ਅਸੀਂ ਅੱਖਾਂ ਨਾਲ ਦੇਖ ਸਕਦੇ ਹਾਂ ਕਿ ਇੰਨਾ ਚਾਹੇ ਇਸ ਕਰਕੇ ਬਲੱਡ ਲਾਸ ਹੋਇਆ, ਦਿਖ ਰਿਹਾ ਹੈਗਾ ਟੋਇਲਟ 'ਚ ਬਲੱਡ ਆਇਆ ਹੈਗਾ ਜਾਂ ਪਿਸ਼ਾਬ 'ਚ ਬਲੱਡ ਆਇਆ ਹੈਗਾ, ਜਾਂ ਉਹਨਾਂ ਦੀ ਕੋਈ ਇਹੋ ਜਿਹੀ ਕੰਡੀਸ਼ਨ ਹੈ ਜਿਸ ਦੇ ਅੰਦਰ ਉਹ ਵੋਮਿਟ ਕਰਦੇ ਆ ਜਿਹਦੇ ਅੰਦਰ ਬਲੱਡ ਆਉਂਦਾ, ਜਾਂ ਫਿਰ ਉਹ ਬੱਚੇ ਜਿਹਨਾਂ 'ਚ ਨਕਸੀਰ ਬਹੁਤ ਜ਼ਿਆਦਾ ਫੁੱਟਦੀ ਹੈ, ਮੇਲ ਫੀਮੇਲ ਜਿਹਨਾਂ 'ਚ ਨਕਸੀਰ ਜ਼ਿਆਦਾ ਫੁੱਟਦੀ ਹੈ, ਵਿਜ਼ੀਬਲ ਬਲੱਡ ਲਾਸ. ਸੋ ਇਹਨਾਂ ਸਾਰੇ ਕਾਰਨਾਂ ਕਰਕੇ ਵੀ ਜਿਹੜਾ ਹੈ ਉਹ ਤੁਹਾਨੂੰ ਬਲੱਡ ਲਾਸ ਅਨੀਮੀਆ ਹੋ ਸਕਦਾ. ਬਟ ਦੈਨ ਦੇਅਰ ਆਰ ਹਿਡਨ ਬਲੱਡ ਲਾਸਿਸ ਐਸ ਵੈਲ, ਕਿ ਹੋ ਬਲੱਡ ਲਾਸ ਰਿਹਾ ਜਿਹੜਾ ਸਾਨੂੰ ਦਿਖ ਨਹੀਂ ਰਿਹਾ, ਨਾ ਸਾਨੂੰ ਸਟੂਲ ਦੇ ਵਿੱਚ ਦਿਖ ਰਿਹਾ, ਨਾ ਸਾਨੂੰ ਯੂਰਿਨ ਦੇ ਵਿੱਚ ਦਿਖ ਰਿਹਾ, ਬਿਲਕੁਲ ਜੀ, ਪਰ ਬਲੱਡ ਲਾਸ ਹੋ ਰਿਹਾ.
ਠੀਕ ਹੈ ਜੀ, ਉਹ ਜ਼ਿਆਦਾਤਰ ਕਾਮਨਲੀ ਆਂਦਰਾਂ 'ਚੋਂ ਲੀਕ ਹੋਣ ਵਾਲਾ ਬਲੱਡ ਹੁੰਦਾ ਹੈ। ਸੋ ਉਹ ਪੇਸ਼ੈਂਟ ਜਿਨ੍ਹਾਂ ਦੇ ਅੰਦਰ ਅਲਸਰਸ ਬਹੁਤ ਜ਼ਿਆਦਾ ਹੈਗੇ ਨੇ, ਤਾਂ ਹੁਣ ਅਲਸਰ ਜਿਹੜੇ ਨੇ ਜ਼ਿਆਦਾਤਰ ਫਸਟ ਪਾਰਟ ਆਫ ਡਾਈਜੈਸਟਿਵ ਟ੍ਰੈਕਟ ਹੁੰਦੇ ਨੇ, ਤੁਹਾਡੀ ਫੂਡ ਪਾਈਪ ਦੇ ਕੋਲ ਹੋ ਗਏ, ਸਟਮਕ 'ਚ ਅਲਸਰਸ ਹੋ ਗਏ, ਜਾਂ ਫਿਰ ਫਸਟ ਪਾਰਟ ਆਫ ਜਿਹੜੀ ਤੁਹਾਡਾ ਸਮਾਲ ਇੰਟੈਸਟਾਈਨ ਉਹਦੇ 'ਚ ਹੋ ਗਏ। ਸੋ ਗੱਲ ਆਪਾਂ ਇੱਥੇ ਰੋਕੀਏ, ਕਿਉਂਕਿ ਹੁਣ ਆਪਣਾ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਠੀਕ ਹੈ, ਇਸ ਬ੍ਰੇਕ ਤੋਂ ਬਾਅਦ ਆਪਾਂ ਇੱਥੋਂ ਹੀ ਗੱਲ ਜਿਹੜੀ ਆ ਸ਼ੁਰੂਆਤ ਕਰਾਂਗੇ। ਦੋਸਤੋ, ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ 647-856-2525 ਗੱਲਬਾਤ ਕਰਦੇ ਹੋ। ਸੰਜੋਗ ਹੋਮਿਓ ਕਲੀਨਿਕ ਦੇ ਸਹਿਯੋਗ ਨਾਲ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ, ਔਰ ਸੰਜੋਗ ਹੋਮਿਓ ਕਲੀਨਿਕ ਜਿਹੜੇ ਕਿ 145 ਕਲੀਅਰੈਂਸ ਸਟਰੀਟ ਯੂਨਿਟ ਨੰਬਰ 26 ਬ੍ਰੈਂਪਟਨ ਦੇ ਵਿੱਚ ਸਥਿਤ ਨੇ। ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।